ਆ ਜਿਹੜੀ ਚੀਜ਼ ਮੈਂ ਆਪਦੇ ਤਰਫ ਭੇਜਣੀ ਚਾਹੁੰਦਾ ਸਾਂ ਉਹ ਇਹ ਹੈਗੀ ਇਹ ਜਿਤਨੇ ਇਹ ਜਿਹੜੇ ਇੱਧਰ ਤੱਕ ਤੁਸੀਂ ਇਹ ਸਾਰੇ ਇਹ ਇੱਕ ਜਮਾਤ ਨੇ ਇਹਨੇ ਇਹ ਇਹਨਾਂ ਇਹ ਕਿ ਬੜਿਆ ਨੇ ਇੱਧਰ ਮੇਰੀ ਬਸ ਨੇ ਇੱਧਰ ਮੇਰੀ ਬਸ ਨੇ ਇਹ ਦੇਖੋ ਇੱਕ ਕਿਤੇ ਲੱਗੇ ਨੇ ਇੱਧਰ ਮੇਰੀ ਬਸ ਨੂੰ ਕਿਤਨਾ ਜ਼ੁਲਮ ਹੈ ਇੱਧਰ ਮੇਰੀ ਬਸ ਨੇ ਇੱਕ ਜਮਾਤ ਨੇ ਇੱਧਰ ਮੇਰੀ ਬਸ ਨੇ ਫਜ਼ਲੇ ਰਹਿਮਾਨ ਦੂਏ ਤਰੀਏ ਸਾਰੇ ਹਾਂ ਟੂਟੀ ਦੁਕਾਨ ਤਾਂ ਸਾਰੇ ਇੱਧਰ ਮੇਰੀ ਬਸ ਨੇ ਇਹ ਇੱਕ ਜਮਾਤ ਨੇ ਨੀ ਮੇਰੀ ਕੁਛ ਨਾ ਸ਼ਰਮ ਹੀ ਨਹੀਂ ਆਉਂਦੀ ਨਾ ਖਾਣੇ ਨਾ ਪੀਣੇ ਨਾ ਬਣਾਉਣੇ ਨਾ ਤੜਾਉਣੇ ਨਹੀਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇੱਧਰ ਮੇਰੀ ਬਸ ਨੂੰ ਇਹ ਸਾਰੇ ਜਿਤਨੇ ਵੀ ਹੈ ਇੱਧਰ ਮੈਂ ਜਿਹੜੀ ਗੱਲ ਤੁਸਾਂ ਦੇ ਜ਼ਿਹਨ 'ਚ ਪਾਉਣੀ ਚਾਹੁੰਦਾ ਜਾਂ ਮੇਰੀ ਸਮਝ ਵਿੱਚ ਜਿਹੜੀ ਚੀਜ਼ ਆਉਂਦੀ ਹੈ ਹੁਣ ਜਿਤਨੇ ਵੀ ਲੋਕ ਹੈ ਇੱਧਰ ਜਿਤਨੇ ਵੀ ਲੋਕ ਹੈ ਇਹਨਾਂ ਪਿੱਛੇ ਜਿਹੜੇ ਟੁਰਨੇ ਨੇ ਇੱਧਰ ਮੇਰੀ ਬਸ ਨੇ ਇਹ ਸਿਰਫ ਆਪਣੇ ਤਹਫਜ਼ ਦੇ ਮਾਰਿਆਂ ਟੁਰਨੇ ਨੇ ਆਪਣੇ ਟੂੜੇ ਦੇ ਮਾਰਿਆਂ ਇਹਨਾਂ ਦੇ ਟੂੜੇ ਮੁੱਗੇ ਨੇ ਇਹ ਮੇਰੇ ਸਰਦਾਰ ਆਸਫ ਹੈ ਇੱਧਰ ਮੇਰੀ ਗੱਲ ਸੁਣੀ ਕਿੰਨੇ ਆ ਇਹਦਾ ਟੂੜਾ ਮੁੱਕ ਗਿਆ ਅਹਿਸਨ ਇਕਬਾਲ ਇਹਦਾ ਟੂੜਾ ਮੁੱਕ ਗਿਆ ਇੱਧਰ ਮੇਰੀ ਇਹ ਮੇਰੀ ਗੱਲ ਆਪਣੇ ਜ਼ਿਹਨ 'ਚ ਰੱਖੋ ਸਾਧ ਰਫੀਕ ਇਹਨਾਂ ਦੇ ਟੂੜੇ ਮੁੱਗੇ ਨੇ ਇਹਨਾਂ ਹੋਰ ਕਿਸੇ ਜਮਾਤ ਵਿੱਚ ਨਾ ਇਹਨਾਂ ਟਾਈਮ ਹੀ ਨਹੀਂ ਲੱਭਣਾ ਮਾਮਲਾਤ ਹੈਣੀ ਨਹੀਂ ਕਰਪਟ ਹੈਣੀ ਮੇਰੀ ਗੱਲ ਸੁਣੀ ਕਰਪਟਾਂ ਗਿਣ ਕੇ ਕੀ ਕਰਨਾ ਦੋ ਨੰਬਰ ਸੌਦਾ ਕੋਈ ਗਿਣਨਾ ਦੋ ਨੰਬਰ ਸਿਗਰਟ ਕੋਈ ਨਹੀਂ ਪੀਂਦਾ ਇੱਧਰ ਮੇਰੀ ਬਸ ਨੇ ਇਹ ਬੰਦੇ ਦੋ ਨੰਬਰ ਕੌਣ ਗਿਣ ਸੀ ਜਿਹੜੇ ਚੋਰ ਦੇ ਚੱਕੇ ਇੱਧਰ ਮੇਰੀ ਇਹ ਚੱਲ ਹੀ ਨਹੀਂ ਸਕਦੇ ਨੇ ਇਹ ਰਿਜੈਕਟ ਹੋਏ ਦੇ ਨੇ ਇਹ ਠੱਪੇ ਦੇ ਨੇ ਡੱਬੇ 'ਚ ਹੀ ਪੈਕ ਹੋ ਇਹਨਾਂ ਨੂੰ ਸੱਟ ਦਿਓ ਇੱਧਰ ਮੇਰੀ ਬਸ ਨੇ ਇਹ ਸਿਰਫ ਆਪਣੇ ਤਫਜ਼ ਦੇ ਮਾਰਿਆਂ ਆਪਣੀਆਂ ਰੋਟੀਆਂ ਪੱਕੀਆਂ ਕਰਨੇ ਦੇ ਮਾਰਿਆਂ ਆਪਣੀਆਂ ਰੋਟੀਆਂ ਖਰੇ ਕਰਨੇ ਦੇ ਮਾਰਿਆਂ ਆਪਣੀਆਂ ਰੋਟੀਆਂ ਬਾਲ ਕਰਨੇ ਦੇ ਮਾਰਿਆਂ ਨਾਲ ਬਾਲ ਹੀ ਨਾਲ ਲਗੇ ਇੱਕ ਗੱਲ ਮੇਰੇ ਕੋਲ ਹੋਰ ਨਾਲ ਸੁਣ ਲਓ ਨਵਾਜ਼ ਸ਼ਰੀਫ ਨਹੀਂ ਆਉਣਾ ਸ਼ਬਾਜ਼ ਸ਼ਰੀਫ ਨਹੀਂ ਆਉਣਾ ਇੱਧਰ ਮੇਰੀ ਬਸ ਸੁਣੇ ਨਵਾਜ਼ ਸ਼ਰੀਫ ਨਹੀਂ ਆਉਣਾ ਸ਼ਬਾਜ਼ ਸ਼ਰੀਫ ਨਹੀਂ ਆਉਣਾ ਸ਼ਾਇਦ ਖਾਕਾ ਨਵਾਜ਼ੀ ਨਹੀਂ ਆਉਣਾ ਇਹਨਾਂ ਨਹੀਂ ਆਉਣਾ ਨਾ ਹਮਜ਼ੇ ਸ਼ਬਾਦ ਆਉਣਾ ਨਾ ਸੁਲੇਮਾਨ ਸ਼ਬਾਦ ਆਉਣਾ ਇਹ ਆਉਣਾ ਹੀ ਨਹੀਂ ਮੇਰੀ ਗੱਲ ਸੁਣੀ ਕਿੰਨੇ ਆ ਇਸ ਇਹ ਜਿਹੜਾ ਖਾਨਦਾਨ ਹੈਗਾ ਇਸ ਉੱਪਰ ਠੱਕ ਕਰਕੇ ਇਹ ਕਰਕੇ ਮੋਹਰ ਲੱਗ ਚੁੱਕੀ ਹੈ ਇਹਨਾਂ ਨਹੀਂ ਆਉਣਾ ਮੁੜ ਕੇ ਤੁਸੀਂ ਕਿਹਦੇ ਰਾਹ ਤੱਕਨੇ ਪਿਓ ਇੱਧਰ ਮੇਰੀ ਬਸ ਸੁਣੇ ਤੁਸੀਂ ਤਾਂ ਇੰਝ ਇੱਧਰ ਮੇਰੀ ਗੱਲ ਸੁਣੀ ਕਿੰਨੇ ਆ ਤੇਲ ਫਲੇ ਲਾ ਕੇ ਕੰਘੀਆਂ ਪੱਟੀਆਂ ਕਰਕੇ ਤੁਸੀਂ ਐਂ ਤਿਆਰ ਹੋ ਕੇ ਬੈਠੇ ਦਿਓ ਜਿਵੇਂ ਹੁਣ ਹੀ ਹੈ ਇਹ ਇਸੀ ਵਕਤ ਨਵਾਜ਼ ਸ਼ਰੀਫ ਆਉਣ ਲਗਾ ਸ਼ਬਾਜ਼ ਸ਼ਰੀਫ ਆਉਣ ਲਗਾ ਉਹ ਟੋਕਰਾ ਤੁਹਾਡੇ ਵਾਸਤੇ ਬੈਗ ਲੈ ਕੇ ਗਿਫਟ ਇਹ ਤੁਹਾਡੇ ਵਾਸਤੇ ਲੈ ਕੇ ਦੁਬਾਰਾ ਉਹ ਆ ਰਿਹਾ ਤੁਸਾਂ ਨੂੰ ਦੇਸੀ ਆਣ ਕੇ ਉਹ ਖੁਦਾ ਦਾ ਖੌਫ ਖਾਓ ਕੋਈ ਸ਼ਰਮ ਖਾਓ ਸਿੱਧੇ ਰਾਹ 'ਤੇ ਪੈ ਜੁਲੋ ਇਸ ਮੁਲਕ ਨਾਲ ਵਫਾ ਕਰੋ ਇੱਧਰ ਮੇਰੀ ਗੱਲ ਹੋਰ ਨਾ ਸੁਣ ਕੇ ਨੋ ਇਸ ਗੱਲ ਨੂੰ ਆਪਣੇ ਜ਼ਿਹਨ 'ਚ ਪਾ ਕੇ ਨੋ ਔਰ ਦੂਸਰੀ ਗੱਲ ਖਾਨ ਸਾਹਿਬ ਤੁਹਾਡਾ ਸ਼ੋਅ ਵੀ ਖਤਮ ਤੁਹਾਡਾ ਸ਼ੋਅ ਵੀ ਫਲਾਪ ਹੋਣੇ ਵਾਲਾ ਮੈਂ ਬਾਰ ਬਾਰ ਤੈਨੂੰ ਕਹਿ ਚੁੱਕਿਆ ਇੱਕ ਤਾਂ ਜਿਹੜਾ ਇਸਲਾਮਾਬਾਦ ਹੀ ਜਿਹੜਾ ਮੈਂ ਇਹ ਰਿਵਾਜ਼ 'ਤੇ ਤੱਕਿਆ ਇਹ ਰਿਵਾਜ਼ 'ਤੇ ਮੈਂ ਜਿਹੜਾ ਤੱਕਿਆ ਜਿਹੜਾ ਤੂੰ ਮੰਦਰ ਬਣਵਾਇਆ ਇੱਧਰ ਮੇਰੀ ਗੱਲ ਸੁਣੀ ਕਿੰਨੀ ਆ ਇਹ ਜਿਹੜਾ ਮੰਦਰ ਬਣਵਾਇਆ ਅਸੀਂ ਮੰਦਰ ਇੱਥੇ ਪਟਣੇ ਜੁੜੇ ਦੇ ਹਾਂ ਇੱਥੋਂ ਮੰਦਰ ਖਤਮ ਕਰਨੇ ਜੁੜੇ ਦੇ ਹਾਂ ਤੂੰ ਇੱਥੇ ਮੰਦਰ ਬਣਵਾਉਣੇ ਜੁੜੇ ਦੇ ਉਹ ਤੂੰ ਇਸਲਾਮਾਬਾਦ ਹੀ ਮੰਦਰ ਤਾਂ ਤੂੰ ਬਣਾਇਆ ਲੱਗਦੇ ਤੂੰ ਇੰਡੀਆ 'ਚ ਜਾ ਕੇ ਮੰਦਰ ਕਿਸ ਤਰ੍ਹਾਂ ਖਤਮ ਕਰਵਾ ਸੇ ਬੁੱਤ ਕਿਸ ਤਰ੍ਹਾਂ ਇਹ ਬੁੱਤ ਕਿਸ ਤਰ੍ਹਾਂ ਬਾਹਰ ਕਢਵਾ ਸੇ ਇਸ ਮੁਲਕ ਵਿੱਚ ਉਹ ਹੀ ਹੁਕਮਰਾਨ ਚੱਲ ਸਕਦਾ ਜਿਹੜਾ ਉਂਗਲੀ ਦੇ ਇਸ਼ਾਰੇ ਨਾਲ ਬੁੱਤ ਕਢੇ ਬਾਹਰ ਸੱਟੇ ਮੰਦਰ ਟਾ ਦੇਵੇ ਇੱਧਰ ਮੇਰੀ ਗੱਲ ਸੁਣੀ ਕਿੰਨੀ ਹੋ ਇਹ ਕਿੱਥੇ ਤੂੰ ਨਵਾਂ ਪਹਿਲੂ ਤੈਨੂੰ ਕਿਸ ਦੱਸਿਆ ਹੋਵੇ ਇਹ ਨਵਾਂ ਚੱਕਰ ਤੈਨੂੰ ਹੋਰ ਕਿਸ ਦੱਸਿਆ ਇਹ ਕਿਸ ਨੇ ਤੁਹਾਡੇ ਜ਼ਿਹਨ 'ਚ ਪੈ ਗਿਆ ਇਹ ਤੂੰ ਇਸਲਾਮਾਬਾਦ ਵੀ ਜਿਹੜਾ ਤੂੰ ਮੰਦਰ ਬੜਵਾ ਮਾਰਿਆ ਇਹ ਮੰਦਰ ਵਾਲਾ ਸਿਲਸਿਲਾ ਚੱਲ ਤੂੰ ਬੜਵਾ ਛੋੜਿਆ ਤੁਹਾਨੂੰ ਨਸੀਬ ਹੋਵੇ ਇਹ ਕੋਠਾ ਤੁਹਾਨੂੰ ਨਸੀਬ ਹੋਵੇ ਇੱਥੇ ਤੂੰ ਆਪਣਾ ਰਹਿਣ ਸਹਿਣ ਰੱਖੀ ਇੱਧਰ ਮੇਰੀ ਗੱਲ ਸੁਣੀ ਕਿੰਨੀ ਇੱਥੇ ਨਹੀਂ ਚੱਲਦਾ ਇਹ ਇਸਲਾਮਾਬਾਦ ਹੈ ਇਸਲਾਮ ਦਾ ਹੈੱਡਕੁਆਟਰ ਇਹ ਮੈਂ ਨਹੀਂ ਆਖਿਆ ਇਹ ਬਰੀ ਇਮਾਮ ਪਾਕ ਸੁਣ ਆਖਿਆ ਬਰੀ ਇਮਾਮ ਜਿਹੜਾ ਆ ਇੱਧਰ ਮੇਰੀ ਬਰੀ ਇਮਾਮ ਪਾਕ ਸੁਣੇ ਗੱਲ ਆਖੀ ਇਸਲਾਮਾਬਾਦ ਇਸਲਾਮ ਦਾ ਹੈੱਡਕੁਆਟਰ ਹੈ ਇਹ ਇਸਲਾਮ ਨੂੰ ਸਾਰੇ ਜਿਤਨਾ ਵੀ ਇਸਲਾਮ ਆਲਮੇ ਇਸਲਾਮ ਹੈ ਹੁਣ ਸਾਰਿਆਂ ਨੂੰ ਇੱਥੋਂ ਇੱਧਰ ਮੇਰੀ ਗੱਲ ਸੁਣੀ ਕਿੰਨੀ ਹੋ ਇੱਥੋਂ ਗੁਜ਼ਾਰ ਦਿੱਤੀ ਜਾ ਸੀ ਇੱਥੋਂ ਗੁਜ਼ਾਰ ਦਿੱਤੀ ਜਾ ਸੀ ਤੂੰ ਇੱਥੇ ਮੰਦਰ ਬਣਵਾ ਛੋੜਿਆ ਅੱਲਾ ਦੇ ਬੰਦਿਆ ਕੁਝ ਖੁਦਾ ਦਾ ਖੌਫ ਖਾ ਜੋ ਤੁਮ ਕਰ ਰਹੇ ਹੋ ਜੋ ਤੁਮ ਕਰਨਾ ਚਾਹਤੇ ਹੋ ਉਮਰਾਨ ਕੋ ਹਟਾਉਣਾ ਚਾਹਤੇ ਹੋ ਔਰ ਕਿਸੀ ਕੋ ਲਾਉਣਾ ਚਾਹਤੇ ਹੋ ਕਿ ਤਾਰੀਖ਼ ਇਨਸਾਫ ਕਾ ਬੰਦਾ ਹੋ ਅਸਦ ਉਮਰ ਹੋ ਕਿਆ ਨਾਮ ਹੈ ਸ਼ਾਹ ਮਹਿਮੂਦ ਕੁਰੈਸ਼ੀ ਹੋ ਕਿ ਹਮ ਇਸ ਪਰ ਹਕੂਮਤ ਬਣਾ ਦੇਤੇ ਹੈ ਖਾਨ ਕੋ ਹਟਾ ਦੇਤੇ ਹੈ ਖਾਨ ਹਟ ਗਿਆ ਤਾਂ ਸਮਝ ਲੇ ਹਮ ਬਚ ਗਏ ਮੈਂ ਆਪਕੋ ਅਲਫਨ ਇੱਕ ਬਾਤ ਕਹਿਤਾ ਹੂੰ ਖਾਨ ਹਟ ਜਾਏਗਾ ਖਾਨ ਚਲਾ ਜਾਏਗਾ ਇੱਧਰ ਮੇਰੀ ਬਾਤ ਸੁਣੇ ਖਾਨ ਹਟ ਜਾਏਗਾ ਖਾਨ ਚਲਾ ਜਾਏਗਾ ਮੈਂ ਇਹ ਨਹੀਂ ਕਹਿਤਾ ਕਿ ਖਾਨ ਸਾਰੀ ਜ਼ਿੰਦਗੀ ਇਸੀ ਸੀਟ ਕੇ ਸਾਥ ਰਹੇਗਾ ਔਰ ਜਿਤਨੇ ਵੀ ਤੁਹਾਰੇ ਜੋ ਮਾਮਲਾਤ ਮੁਝੇ ਨਜ਼ਰ ਆ ਰਹੇ ਹੈ ਜਾਂ ਮੈਂ ਦੇਖ ਰਹਾ ਹੂੰ ਜਾਂ ਮੁਝੇ ਜੋ ਨਜ਼ਰ ਆ ਰਹੇ ਹੈ ਵੋ ਯਹੀ ਹੈ ਕਿ ਤੁਮ ਸਭ ਇੱਕ ਜਗ੍ਹਾ ਪਰ ਇਕੱਠੇ ਹੋ ਗਏ ਹੋ ਇਸਕੋ ਹਟਾਉਣੇ ਕੇ ਲੀਏ ਕਿ ਕਿਸੀ ਤਰੀਕੇ ਸੇ ਇਸਕੋ ਹਟਾਓ ਆਪਣੀ ਜਾਨ ਬਚਾਓ ਆਪਣਾ ਮਾਲ ਬਚਾਓ ਆਪਣੇ ਆਪ ਕੋ ਬਚਾਓ ਆਪਣੀ ਕਰਪਸ਼ਨ ਬਚਾਓ ਆਪਣੀ ਮਨੀ ਲਾਂਡਰਿੰਗ ਬਚਾਓ
ये तुम इसको हटा भी लोगे, मनी लॉन्ड्रिंग से, करप्शन से, इस्तसाब से, नैब से तुम नहीं बच सकते। ना नैब रुकेगी, इधर मेरी बात सुने, इमरान के हट जाने से एक बात मैं तुम्हें बता दूं, एक बात, मेरी 28 मई 1995 का जो मेरी स्टेटमेंट है, मैं तुम्हें ये बता दूं कि मैं यहाँ ये साथ लगा कर मैं तुम्हें दे रहा हूँ, ये साथ ये लगा के दे रहा हूँ, ये यक जमाती निज़ाम आएगा, यक जमाती निज़ाम आएगा, और ये जो वज़ीर आज़म का अहदा है ये ख़त्म कर दिया जाएगा, मतलब इस्लामी सदारती निज़ाम आएगा, ये आएगा, इसको तुम नहीं रोक सकते, ये तुम्हें मैं साथ लगा कर दे रहा हूँ, ये साथ लग गया, इधर मेरी बात सुनो, इसे ज़रा गौर से इसे गौर से पढ़ लो, यही जो इधर मेरी बात सुनो, यक जमाती जो निज़ाम है मुल्क इसी की तरफ जा रहा है, मुल्क को यही बचाता है, इधर मेरी बात सुने, इमरान एक दफ़ा माफिया से हार गया तो पाकिस्तानियों याद रखो, ये माफिया आपको ज़िंदा निगल जाएगा और बचाने वाला कोई भी नहीं आएगा, इमरान खान ही पाकिस्तान की आखिरी उम्मीद है, ये आखिरी उम्मीद है, इसको जिस तरीके से तुम निकाल रहे हो इस तरीके से इसको ना निकालो, मैं जो बात मैं आपको कह रहा हूँ, ये आपकी इधर आपकी जो करप्शन है, आपके जो मामलात हैं, इनकी आखिर उम्मीद की आखिरी किरण है, इसको बचा कर रखो, बाकी इंशाअल्लाह इंदा आने वाले प्रोग्राम में जो कुछ भी होगा इससे वसी आपको इंशाअल्लाह बेहतर जो मामलात होंगे आपके साथ डिस्कस किए जाएंगे।